ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਵਾਹ ਲਾਈ ਹੈ ਉਹਦਾ ਫਲ ਹੈ ਜਿਹੜਾ ਉਹ ਅੱਜ ਮਿਲਣਾ, ਯਾਨੀ ਨਤੀਜਾ ਬੇਸ਼ੱਕ ਤੇਰਾਂ ਨੂੰ ਹੋਣਾ ਪਰ ਅੱਜ ਲੋਕ ਕਿਹਦੇ ਹੱਕ ਦੇ ਵਿੱਚ ਭੁਗਤਦੇ ਨੇ ਉਹ ਅੱਜ ਪਤਾ ਕਰੀਬ ਕਰੀਬ ਲੀਡਰਾਂ ਨੂੰ ਆਈਡੀਆ ਹੋ ਜਾਂਦਾ ਕਿ ਲਓ ਜੀ ਹਾਲਾਤ ਕੀ ਰਹਿਣ ਵਾਲੇ ਨੇ। ਤਾਂ ਦੇਖੋ ਅਸੀਂ ਬਸਤੀ ਸ਼ੇਖ ਦੇ ਪੋਲਿੰਗ ਬੂਥ ਦੇ ਬਾਹਰ ਮੌਜੂਦ ਹਾਂ, ਤਾਂ ਜਿੱਥੇ ਸਵੇਰ ਤੋਂ ਹੀ ਲਗਾਤਾਰ, ਹਾਲਾਂਕਿ ਦੇਖੋ ਕੁਝ ਮਿੰਟ ਹੋਏ ਨੇ, 10 ਕੁ ਮਿੰਟ ਹੋਏ ਨੇ ਵੋਟਿੰਗ ਸਟਾਰਟ ਹੋਈ ਨੂੰ, ਪਰ ਲਗਾਤਾਰ ਵੋਟਰ ਆ ਵੀ ਰਹੇ ਨੇ, ਵੋਟ ਕਰ ਰਹੇ ਨੇ। ਕਿਉਂਕਿ ਜਿੱਥੇ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਗਰਮੀ ਜਿਉਂ ਜਿਉਂ ਵੱਧਦੀ ਹੈ ਫਿਰ ਦਿੱਕਤਾਂ ਵੱਧ ਜਾਂਦੀਆਂ ਨੇ, ਔਰ ਭਾਰੀ ਸੁਰੱਖਿਆ ਦੇਖੋ BSF ਦੇ ਜਵਾਨ ਲਾਏ ਗਏ ਨੇ, ਪੰਜਾਬ ਪੁਲਿਸ ਜਿਹੜੀ ਹੈਗੀ ਤੈਨਾਤ ਆ, ਕਿਉਂਕਿ ਦੇਖੋ ਪੰਜਾਬ ਪੁਲਿਸ ਦੇ ਨਾਲ ਨਾ ਪੈਰਾਮਿਲਟਰੀ ਫੋਰਸਿਸ ਲਈ ਲਾਉਂਦੇ ਨੇ ਕਿ ਕਿਸੇ ਕਿਸਮ ਦਾ ਕੋਈ ਸਵਾਲ ਨਾ ਉੱਠੇ ਔਰ ਜਿਹੜਾ ਅਮਨ ਅਮਾਨ ਦੇ ਨਾਲ ਨਿਰਪੱਖ ਤਰੀਕੇ ਦੇ ਨਾਲ ਵੋਟਿੰਗ ਹੈ ਜਿਹੜੀ ਉਹ ਪ੍ਰਕਿਰਿਆ ਹੋ ਸਕੇ। ਔਰ ਕੁਝ ਲੋਕ ਵੋਟਿੰਗ ਕਰਕੇ ਬਾਹਰ ਵੀ ਆਏ ਨੇ, ਇੱਕ ਬਾਈ ਜੀ ਮੈਨੂੰ ਲੱਗਦਾ ਕਿ ਇਹ ਤਾਂ ਸ਼ੁਰੂ ਵਾਲੇ 1-2 ਬੰਦੇ ਦੇ ਵਿੱਚ ਹੀ ਹੋਣੇ ਜਿਹੜੇ ਵੋਟ ਕਰਕੇ ਆਏ। ਬਾਈ ਜੀ ਕਰੇ ਵੋਟ? ਪਹਿਲੀ ਵੋਟ ਵੀਰ ਜੀ ਆਪਣੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੋਟ ਕਰਕੇ ਪਹਿਲੀ ਵੋਟ ਤੁਹਾਡੀ ਹੈ? ਪਹਿਲੀ ਵੋਟ ਮੇਰੀ ਹੈ ਜੀ। ਅੱਛਾ, ਕੀ ਲੱਗਦਾ ਵੋਟਿੰਗ ਪਰਸੈਂਟੇਜ ਕਿੰਨੀ ਕਰੇਗੀ ਇਸ ਬਾਰੇ? ਦੇਖੋ ਜੀ, ਜੇ ਤਾਂ ਤੁਸੀਂ ਆਪਣੇ ਹਲਕੇ ਦੀ ਗੱਲ ਕਰਦੇ ਹੋ, ਜਲੰਧਰ ਵੈਸਟ ਦੀ, ਬੱਸੀ ਸ਼ੇਖ ਦੀ, ਜਾਂ ਏਰੀਆ ਕਾਫੀ ਹੈਗੇ, ਇੱਥੇ ਦੀ ਕਰਾਂਗੇ ਜੀ ਵੋਟਿੰਗ ਹੀ ਇੱਥੇ ਅੱਜ। ਇੱਥੇ ਅਸੀਂ ਕਹਿ ਰਹੇ ਜਲੰਧਰ ਵੈਸਟ ਦੀ, ਇਹੀ ਆਪਣਾ ਹੈਗਾ ਬੱਸੀ ਸ਼ੇਖ ਦਾਣੀ ਦਾ, ਜਿੰਨੇ ਵੀ ਏਰੀਆ ਮਿਲ ਗਏ ਲਾਗੇ ਲਾਗੇ ਦੇ ਲੱਗਦੇ ਆ, ਕਿ ਮੇਰੇ ਹਿਸਾਬ ਨਾਲ ਜੇ ਤਾਂ ਲੋਕ ਸਮਝਦਾਰ ਹੈਗੇ ਆ, ਜੇ ਤਾਂ ਆਪਣੇ ਹਲਕੇ ਦਾ ਵਿਕਾਸ ਚਾਹੁੰਦੇ ਆ, ਸਹੀ ਬੰਦੇ ਨੂੰ ਚੁਣਨ, ਸਰਕਾਰ ਸਹੀ ਚੁਣਨ, ਸਭ ਕੁਝ ਸਹੀ ਹੋਵੇ, ਵਿਕਾਸ ਹੋਵੇ, ਤਾਂ ਮੇਰੇ ਹਿਸਾਬ ਨਾਲ 80-70-75% ਹੋਣੀ ਚਾਹੀਦੀ ਹੈ ਵੋਟਿੰਗ। ਅੱਛਾ, ਲੱਗਦਾ ਤੁਹਾਨੂੰ ਇੰਨਾ? ਅੱਛਾ, ਅਰੇਂਜਮੈਂਟ, ਕਿਉਂਕਿ ਲੋਕ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਅੰਦਰ ਜਾ ਰਹੇ ਨੇ, ਐਸਾ ਤਾਂ ਨਹੀਂ ਵੀ ਕਿਉਂਕਿ ਛੇਤੀ ਛੇਤੀ ਵੋਟਾਂ ਆ ਗਈਆਂ ਉਹਦਾ ਕੋਈ ਪ੍ਰਭਾਵ ਦਿਖ ਰਿਹਾ? ਨਹੀਂ, ਪ੍ਰਭਾਵ ਪੈ ਰਿਹਾ ਉਹਦਾ ਵੀ, ਜਿੱਦਾਂ ਲਾ ਲਓ ਕਿ ਤੁਸੀਂ ਜਿੱਦਾਂ ਪਹਿਲਾਂ ਆਪਣਾ ਹੀ MLA ਸ਼ੀਤਲ ਉਂਗਰਾਲ, ਹੈ ਨਾ, ਕਿ ਬੰਦਾ ਕੰਮ ਕਰਦਾ, ਚਲੋ 3 ਸਾਲ ਦੀ ਮੈਂਬਰਸ਼ਿਪ ਪਈ ਸੀ ਬੰਦੇ ਦੀ, ਹੈ ਨਾ, ਇੱਕ ਖੱਜਲ ਖਰਾਬੀ ਵਾਲਾ ਕੰਮ ਵੀ ਹੁੰਦਾ ਵਾ, ਕਿ ਜਿੱਦਾਂ ਹੁਣ ਪਿੱਛੇ ਲੋਕ ਸਭਾ ਦੀ ਵੋਟਾਂ ਨਿਕਲੇ 1 ਮਹੀਨਾ ਹੋਇਆ ਵਾ, ਉਸ ਤੋਂ ਬਾਅਦ ਫਿਰ ਦੁਬਾਰਾ ਵੋਟਾਂ ਆ ਗਈਆਂ, ਹੁਣ ਲੋਕਾਂ ਨੂੰ ਫਿਰ ਕਈਆਂ ਨੂੰ ਛੁੱਟੀ ਆ, ਕਈਆਂ ਨੂੰ ਨਹੀਂ ਛੁੱਟੀ, ਕਈਆਂ ਨੂੰ ਆਫਿਸ ਵੀ ਜਾਣਾ ਵਾ, ਕੰਮ ਕਰ ਦੌੜ ਭੱਜ ਲੱਗੀ, ਪਰ ਇਹ ਹੈ ਕਿ ਆਪਣੇ ਆਲੇ ਦੁਆਲੇ ਨੂੰ ਅਪੀਲ ਕਰੋ ਕਿ ਭਾਈ ਸਾਰੇ ਆ ਕੇ ਟਾਈਮ ਨਾਲ ਵੋਟ ਕਰੋ, ਪਹਿਲੀ ਵੋਟ ਦਾ ਤੁਸੀਂ ਪਾ। ਦੇਖੋ ਜੀ, ਅਸੀਂ ਜੋਬ ਕਰਦੇ ਹਾਂ, ਮੈਂ ਬੈਂਕ ਦੇ ਵਿੱਚ ਜੋਬ ਕਰਦਾ ਵਾਂ, ਸਾਨੂੰ ਮਤਲਬ ਕਿ ਛੁੱਟੀ ਨਹੀਂ ਹੈਗੀ, ਅਸੀਂ ਸਵੇਰੇ ਆਪਣਾ ਟਾਈਮ ਸਿਰ ਆ ਕੇ ਵੋਟ ਪਾ ਗਏ, ਆਪਣਾ ਫਰਜ਼ ਨਿਭਾ ਗਏ ਹਾਂ, ਕਿਉਂਕਿ ਸਾਡਾ ਹੱਕ ਬੰਦਾ ਸੀ, ਸਾਰਿਆਂ ਨੂੰ ਅਪੀਲ ਕੀਤੀ ਕੱਲ੍ਹ ਦੀ ਕਿ ਆਪਣੀ ਵੋਟ ਪਾਓ, ਤੁਹਾਡਾ ਹੱਕ ਹੈਗਾ ਵਾ, ਕਿਉਂਕਿ ਇਸ ਉਂਗਲ ਤੇ ਤਾਂ ਪਹਿਲੇ ਨਿਸ਼ਾਨ ਲੱਗ ਗਿਆ ਸੀ, ਮਿਡਲ ਫਿੰਗਰ ਜਿਹੜੀ ਆ ਸਵਾਰ ਚੁਣੀ ਗਈ ਆ, ਆਹ ਨਿਸ਼ਾਨ ਦੇਖ ਲਓ ਤੁਸੀਂ, ਇਸ ਵਾਰ ਮਿਡਲ ਫਿੰਗਰ ਜਿਹੜੀ ਉਹ ਚੁਣੀ ਆ ਪ੍ਰਸ਼ਾਸਨ ਨੇ, ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦਿਨ RO ਜਿਹੜੇ ਨੇ ਉਹਨਾਂ ਨੇ ਸਾਫ਼ ਕਰ ਦਿੱਤਾ ਸੀ, ਅਲਕਾ ਕਾਲੀਆ ਜਿਹੜੇ RO ਨੇ ਉਹਨਾਂ ਨੇ ਕਿਹਾ ਸੀ ਕਿ ਮਿਡਲ ਫਿੰਗਰ ਜਿਹੜੀ ਉਹ ਇਸ ਵਾਰ ਚੁਣੀ ਗਈ ਹੈ ਨਿਸ਼ਾਨ ਲਾਉਣ ਦੇ ਲਈ, ਤਾਂ ਇਹ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਿਸ਼ਾਨ ਲੱਗਾ ਹੋਇਆ, ਕਿਉਂਕਿ ਉਸ ਦਿਨ ਪ੍ਰੈਸ ਕਾਨਫਰੰਸ ਦਾ ਮੈਂ ਹਿੱਸਾ ਸੀ, ਤਾਂ ਉੱਥੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਹੀ ਨਿਸ਼ਾਨ ਜਿਹੜਾ ਹੈਗਾ ਮਿਡਲ ਫਿੰਗਰ 'ਤੇ ਜਿਹੜਾ ਹੈਗਾ ਉਹ ਲੱਗੇਗਾ। ਤਾਂ ਦੇਖੋ ਵੋਟਿੰਗ ਜਿਹੜੀ ਚੱਲ ਰਹੀ ਹੈ ਲਗਾਤਾਰ ਅੰਦਰ ਜਾ ਰਹੇ ਨੇ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਵਾਹ ਲਾਈ ਹੈ ਉਹਦਾ ਫਲ ਹੈ ਜਿਹੜਾ ਉਹ ਅੱਜ ਮਿਲਣਾ, ਯਾਨੀ ਨਤੀਜਾ ਬੇਸ਼ੱਕ ਤੇਰਾਂ ਨੂੰ ਹੋਣਾ ਪਰ ਅੱਜ ਲੋਕ ਕਿਹਦੇ ਹੱਕ ਦੇ ਵਿੱਚ ਭੁਗਤਦੇ ਨੇ ਉਹ ਅੱਜ ਪਤਾ ਕਰੀਬ ਕਰੀਬ ਲੀਡਰਾਂ ਨੂੰ ਆਈਡੀਆ ਹੋ ਜਾਂਦਾ ਕਿ ਲਓ ਜੀ ਹਾਲਾਤ ਕੀ ਰਹਿਣ ਵਾਲੇ ਨੇ। ਤਾਂ ਦੇਖੋ ਅਸੀਂ ਬਸਤੀ ਸ਼ੇਖ ਦੇ ਪੋਲਿੰਗ ਬੂਥ ਦੇ ਬਾਹਰ ਮੌਜੂਦ ਹਾਂ, ਤਾਂ ਜਿੱਥੇ ਸਵੇਰ ਤੋਂ ਹੀ ਲਗਾਤਾਰ, ਹਾਲਾਂਕਿ ਦੇਖੋ ਕੁਝ ਮਿੰਟ ਹੋਏ ਨੇ, 10 ਕੁ ਮਿੰਟ ਹੋਏ ਨੇ ਵੋਟਿੰਗ ਸਟਾਰਟ ਹੋਈ ਨੂੰ, ਪਰ ਲਗਾਤਾਰ ਵੋਟਰ ਆ ਵੀ ਰਹੇ ਨੇ, ਵੋਟ ਕਰ ਰਹੇ ਨੇ। ਕਿਉਂਕਿ ਜਿੱਥੇ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਗਰਮੀ ਜਿਉਂ ਜਿਉਂ ਵੱਧਦੀ ਹੈ ਫਿਰ ਦਿੱਕਤਾਂ ਵੱਧ ਜਾਂਦੀਆਂ ਨੇ, ਔਰ ਭਾਰੀ ਸੁਰੱਖਿਆ ਦੇਖੋ BSF ਦੇ ਜਵਾਨ ਲਾਏ ਗਏ ਨੇ, ਪੰਜਾਬ ਪੁਲਿਸ ਜਿਹੜੀ ਹੈਗੀ ਤੈਨਾਤ ਆ, ਕਿਉਂਕਿ ਦੇਖੋ ਪੰਜਾਬ ਪੁਲਿਸ ਦੇ ਨਾਲ ਨਾ ਪੈਰਾਮਿਲਟਰੀ ਫੋਰਸਿਸ ਲਈ ਲਾਉਂਦੇ ਨੇ ਕਿ ਕਿਸੇ ਕਿਸਮ ਦਾ ਕੋਈ ਸਵਾਲ ਨਾ ਉੱਠੇ ਔਰ ਜਿਹੜਾ ਅਮਨ ਅਮਾਨ ਦੇ ਨਾਲ ਨਿਰਪੱਖ ਤਰੀਕੇ ਦੇ ਨਾਲ ਵੋਟਿੰਗ ਹੈ ਜਿਹੜੀ ਉਹ ਪ੍ਰਕਿਰਿਆ ਹੋ ਸਕੇ। ਔਰ ਕੁਝ ਲੋਕ ਵੋਟਿੰਗ ਕਰਕੇ ਬਾਹਰ ਵੀ ਆਏ ਨੇ, ਇੱਕ ਬਾਈ ਜੀ ਮੈਨੂੰ ਲੱਗਦਾ ਕਿ
ਇਹ ਤਾਂ ਸ਼ੁਰੂ ਵਾਲੇ ਇੱਕ ਦੋ ਬੰਦੇ ਦੇ ਵਿੱਚ ਹੀ ਹੋਣੇ ਜਿਹੜੇ ਵੋਟ ਕਰਕੇ ਆਏ ਬਾਈ ਜੀ, ਕਰੇ ਵੋਟ? ਪਹਿਲੀ ਵੋਟ ਵੀਰ ਜੀ ਆਪਣੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵੋਟ ਪਹਿਲੀ ਵੋਟ ਤੁਹਾਡੀ ਹੈ? ਪਹਿਲੀ ਵੋਟ ਮੇਰੀ ਹੈ ਜੀ। ਅੱਛਾ, ਕੀ ਲੱਗਦਾ ਵੋਟਿੰਗ ਪਰਸੈਂਟੇਜ ਕਿੰਨੀ ਰਹੇਗੀ ਇਸ ਬਾਰੇ? ਦੇਖੋ ਜੀ, ਜੇ ਤਾਂ ਤੁਸੀਂ ਆਪਣੇ ਹਲਕੇ ਦੀ ਗੱਲ ਕਰਦੇ ਹੋ, ਜਲੰਧਰ ਵੈਸਟ ਦੀ, ਬੱਸੀ ਸ਼ੇਖ ਦੀ, ਜਾਂ ਏਰੀਆ ਕਾਫੀ ਹੈਗੇ, ਇੱਥੇ ਦੀ ਕਰਾਂਗੇ ਜੀ ਵੋਟਿੰਗ ਹੀ ਇੱਥੇ ਆ ਜੀ। ਇੱਥੇ ਅਸੀਂ ਕਹਿ ਰਹੇ ਜਲੰਧਰ ਵੈਸਟ ਦੀ, ਇਹੀ ਆਪਣਾ ਹੈਗਾ ਬੱਸੀ ਸ਼ੇਖ ਦਾਣੀ, ਜਿੰਨੇ ਵੀ ਏਰੀਆ ਮਿਲ ਗਏ ਲਾਗੇ ਲਾਗੇ ਦੇ ਲੱਗਦੇ ਆ। ਕੀ ਮੇਰੇ ਹਿਸਾਬ ਨਾਲ ਜੇ ਤਾਂ ਲੋਕ ਸਮਝਦਾਰ ਹੈਗੇ ਆ, ਜੇ ਤਾਂ ਆਪਣੇ ਹਲਕੇ ਦਾ ਵਿਕਾਸ ਚਾਹੁੰਦੇ ਆ, ਸਹੀ ਬੰਦੇ ਨੂੰ ਚੁਣਨ, ਸਰਕਾਰ ਸਹੀ ਚੁਣਨ, ਸਭ ਕੁਝ ਸਹੀ ਹੋਵੇ, ਵਿਕਾਸ ਹੋਵੇ, ਤੇ ਮੇਰੇ ਹਿਸਾਬ ਨਾਲ 80-70-75% ਹੋਣੀ ਚਾਹੀਦੀ ਆ ਵੋਟਿੰਗ। ਅੱਛਾ, ਲੱਗਦਾ ਤੁਹਾਨੂੰ ਇੰਨਾ? ਅੱਛਾ, ਅਰੇਂਜਮੈਂਟ, ਕਿਉਂਕਿ ਲੋਕ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਅੰਦਰ ਜਾ ਰਹੇ ਨੇ, ਐਸਾ ਤਾਂ ਨਹੀਂ ਕਿਉਂਕਿ ਛੇਤੀ ਛੇਤੀ ਵੋਟਾਂ ਆ ਗਈਆਂ ਉਹਦਾ ਕੋਈ ਪ੍ਰਭਾਵ ਦਿਖ ਰਿਹਾ? ਨਹੀਂ, ਪ੍ਰਭਾਵ ਪੈ ਰਿਹਾ ਉਹਦਾ ਵੀ। ਜਿੱਦਾਂ ਲਾ ਲਓ ਕਿ ਤੁਸੀਂ ਜਿੱਦਾਂ ਪਹਿਲਾਂ ਆਪਣਾ ਹੀ MLA ਸ਼ੀਤਲ ਉਂਗਰਾਲ, ਹਨਾ, ਕੀ ਬੰਦਾ ਕੰਮ ਕਰਦਾ, ਚਲੋ 3 ਸਾਲ ਦੀ ਮੈਂਬਰਸ਼ਿਪ ਪਈ ਸੀ ਬੰਦੇ ਦੀ, ਹਨਾ, ਇੱਕ ਖੱਜਲ ਖਰਾਬੀ ਵਾਲਾ ਕੰਮ ਵੀ ਹੁੰਦਾ ਵਾ ਕਿ ਜਿੱਦਾਂ ਹੁਣ ਪਿੱਛੇ ਲੋਕ ਸਭਾ ਦੀਆਂ ਵੋਟਾਂ ਨਿਕਲੇ, 1 ਮਹੀਨਾ ਹੋਇਆ ਵਾ, ਉਸ ਤੋਂ ਬਾਅਦ ਫਿਰ ਦੁਬਾਰਾ ਵੋਟਾਂ ਆ ਗਈਆਂ, ਹੁਣ ਲੋਕਾਂ ਨੂੰ ਫਿਰ ਕਈਆਂ ਨੂੰ ਛੁੱਟੀ ਆ, ਕਈਆਂ ਨੂੰ ਨਹੀਂ ਛੁੱਟੀ, ਕਈਆਂ ਨੂੰ ਆਫਿਸ ਵੀ ਜਾਣਾ ਵਾ, ਕੰਮ ਕਰ ਦੌੜ ਭੱਜ ਲੱਗੀ, ਪਰ ਇਹ ਹੈ ਕਿ ਆਪਣੇ ਆਲੇ ਦੁਆਲੇ ਨੂੰ ਅਪੀਲ ਕਰੋਗੇ ਭਾਈ ਸਾਰੇ ਆ ਕੇ ਟਾਈਮ ਨਾਲ ਵੋਟ ਕਰੋ, ਪਹਿਲੀ ਵੋਟ ਤਾਂ ਤੁਸੀਂ ਪਾ। ਦੇਖੋ ਜੀ, ਅਸੀਂ ਜੋਬ ਕਰਦੇ ਹਾਂ, ਮੈਂ ਬੈਂਕ ਦੇ ਵਿੱਚ ਜੋਬ ਕਰਦਾ ਵਾਂ, ਸਾਨੂੰ ਮਤਲਬ ਕਿ ਛੁੱਟੀ ਨਹੀਂ ਹੈਗੀ, ਅਸੀਂ ਸਵੇਰੇ ਆਪਣਾ ਟਾਈਮ ਸਿਰ ਆ ਕੇ ਵੋਟ ਪਾ ਗਏ, ਆਪਣਾ ਫਰਜ਼ ਨਿਭਾ ਗਏ ਹਾਂ, ਕਿਉਂਕਿ ਸਾਡਾ ਹੱਕ ਬਣਦਾ ਸੀ, ਸਾਰਿਆਂ ਨੂੰ ਅਪੀਲ ਕੀਤੀ ਕੱਲ੍ਹ ਦੀ ਕਿ ਆਪਣੀ ਵੋਟ ਪਾਓ, ਤੁਹਾਡਾ ਹੱਕ ਹੈਗਾ ਵਾ, ਕਿਉਂਕਿ ਇਸ ਉਂਗਲ ਤੇ ਤਾਂ ਪਹਿਲੇ ਨਿਸ਼ਾਨ ਲੱਗ ਗਿਆ ਸੀ, ਮਿਡਲ ਫਿੰਗਰ ਜਿਹੜੀ ਆ ਸਵਾਰ ਚੁਣੀ ਗਈ ਆ, ਆਹ ਨਿਸ਼ਾਨ ਦੇਖ ਲਓ ਤੁਸੀਂ, ਇਸ ਵਾਰ ਮਿਡਲ ਫਿੰਗਰ ਜਿਹੜੀ ਉਹ ਚੁਣੀ ਆ ਪ੍ਰਸ਼ਾਸਨ ਨੇ, ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦਿਨ RO ਜਿਹੜੇ ਨੇ ਉਹਨਾਂ ਨੇ ਸਾਫ਼ ਕਰ ਦਿੱਤਾ ਸੀ, ਅਲਕਾ ਕਾਲੀਆ ਜਿਹੜੇ RO ਨੇ ਉਹਨਾਂ ਨੇ ਕਿਹਾ ਸੀ ਕਿ ਮਿਡਲ ਫਿੰਗਰ ਜਿਹੜੀ ਉਹ ਇਸ ਵਾਰ ਚੁਣੀ ਗਈ ਹੈ ਨਿਸ਼ਾਨ ਲਾਉਣ ਦੇ ਲਈ, ਤਾਂ ਇਹ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਿਸ਼ਾਨ ਲੱਗਾ ਹੋਇਆ, ਕਿਉਂਕਿ ਉਸ ਦਿਨ ਪ੍ਰੈਸ ਕਾਨਫਰੰਸ ਦਾ ਮੈਂ ਹਿੱਸਾ ਸੀ, ਤਾਂ ਉੱਥੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਹੀ ਨਿਸ਼ਾਨ ਜਿਹੜਾ ਹੈਗਾ ਮਿਡਲ ਫਿੰਗਰ 'ਤੇ ਜਿਹੜਾ ਹੈਗਾ ਉਹ ਲੱਗੇਗਾ। ਤਾਂ ਦੇਖੋ, ਵੋਟਿੰਗ ਜਿਹੜੀ ਚੱਲ ਰਹੀ ਹੈ, ਲਗਾਤਾਰ ਅੰਦਰ ਜਾ ਰਹੇ ਨੇ।